ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਪ੍ਰੀਤ ਸਿੰਘ ਪਹਿਲਾਂ ਪੇਸ਼ ਨਹੀਂ ਚੋਣਵੀਆਂ ਖਬਰਾਂ ਰਾਸ਼ਟਰਪਤੀ ਦ੍ਰਾਉਪਦੀ ਮੁਰਮੂ ਅੱਜ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਤੇ ਰਾਸ਼ਟਰ ਨੂੰ ਕਰਨਗੇ ਸੰਬੋਧਨ राष्ट्रपति ने قومی ووٹر دیوس موقعے ਸਰਬੋਤਮ ਚੋਣ ਅਭਿਆਸ ਪੁਰਸਕਾਰ ਪ੍ਰਦਾਨ ਕੀਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨੌਜਵਾਨ ووਟਰ ਵੋਟ ਦੀ ਤਾਕਤ ਨਾਲ ਦੇਸ਼ ਦੀ ਦਿਸ਼ਾ ਤੇ ਦਸ਼ਾ ਤੈਅ ਕਰਨਗੇ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਮੁੱਖ ਮਹਿਮਾਨ ਵਜੋਂ ਭਾਗ ਲੈਣ ਲਈ ਫਰਾਂਸ ਦੇ ਰਾਸ਼ਟਰਪਤੀ ਐਮੈਨਿਊਲ ਮੈਕਰੋਂਗ ਭਾਰਤ ਪਹੁੰਚੇ। ਕੇਂਦਰੀ ਖੇਡ ਮੰਤਰੀ ਅਨਰਾਗ ਠਾਕੁਰ ਨੇ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਤੇ ਹੁਣ ਖਬਰਾਂ ਵਿਸਥਾਰ ਨਾਲ ਰਾਸ਼ਟਰਪਤੀ ਦ੍ਰਾਉਪਦੀ ਮੁਰਮੂ 75ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਤੇ ਅੱਜ ਰਾਸ਼ਟਰ ਨੂੰ ਸੰਬੋਧਨ ਕਰਨਗੇ ਰਾਸ਼ਟਰਪਤੀ ਦੇ ਭਾਸ਼ਣ ਦਾ ਦੂਰਦਰਸ਼ਨ ਅਤੇ ਆਕਾਸ਼ਵਾਣੀ ਦੇ ਕੌਮੀ ਨੈਟਵਰਕ ਤੋਂ ਸ਼ਾਮ 7 ਵਜੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਅੰਗਰੇਜ਼ੀ ਅਤੇ ਹਿੰਦੀ ਦੇ ਭਾਸ਼ਣ ਤੋਂ ਬਾਅਦ ਦੂਰਦਰਸ਼ਨ ਦੇ ਖੇਤਰੀ ਚੈਨਲਾਂ ਵੱਲੋਂ ਰਾਸ਼ਟਰਪਤੀ ਦੇ ਭਾਸ਼ਣ ਦਾ ਖੇਤਰੀ ਭਾਸ਼ਾਵਾਂ ਵਿੱਚ ਪ੍ਰਸਾਰਣ ਕੀਤਾ ਜਾਵੇਗਾ ਆਕਾਸ਼ਵਾਣੀ ਵੱਲੋਂ ਰਾਤ 9:30 ਵਜੇ ਤੋਂ ਆਪਣੇ ਖੇਤਰੀ ਨੈਟਵਰਕਾਂ ਤੇ ਖੇਤਰੀ ਭਾਸ਼ਾਵਾਂ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਦਾ ਪ੍ਰਸਾਰਣ ਕੀਤਾ ਤਾਜਾ ਵੇਗਾ ਉਪ ਰਾਸ਼ਟਰਪਤੀ ਜਗਦੀਪ ਤਣਕਣ ਨੇ 75ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਤੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਏ ਇਸ ਮੌਕੇ ਉਹਨਾਂ ਵਧਾਈ ਸਨੇਹ ਵਿੱਚ ਕਿਹਾ ਕਿ ਦੇਸ਼ ਦੇ ਸੰਵਿਧਾਨ ਨਿਰਮਾਤਾਵਾਂ ਨੇ 75 ਸਾਲ ਪਹਿਲਾਂ ਇੱਕ ਅਜਿਹੇ ਰਾਸ਼ਟਰ ਦਾ ਸੁਪਨਾ ਦੇਖਿਆ ਸੀ ਜਿੱਥੇ ਨਿਆਂ, ਸੁਤੰਤਰਤਾ, ਸਮਾਨਤਾ, ਭਾਈਚਾਰੇ ਦੇ ਆਦਰਸ਼ ਵਿਸ਼ਵ ਦੇ ਸਭ ਤੋਂ ਵੱਡੇ ਅਤੇ ਸੰਮਿਲਿਤ ਲੋਕਤੰਤਰ ਨੂੰ ਪਰਵਾਸ਼ਿਤ ਕਰਦੇ ਨੇ ਉਹਨਾਂ ਸੱਦਾ ਦਿੱਤਾ ਕਿ ਆਓ ਅੱਜ ਅਸੀਂ ਆਪਣੇ ਗਣਤੰਤਰ ਦੇ ਅਮਰਿਤ ਕਾਲ ਵਿੱਚ ਉਹਨਾਂ ਸੰਘਰਸ਼ਾਂ, ਬਲੀਦਾਨਾਂ ਅਤੇ ਪ੍ਰਾਪਤੀਆਂ ਨੂੰ ਕਰੀਏ ਜਿਨ੍ਹਾਂ ਨੇ ਭਾਰਤ ਨੂੰ ਸਮੁੱਚੀ ਮਨੁੱਖਤਾ ਦੇ ਲਈ ਆਸ ਦੀ ਕਿਰਨ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ ਉਹਨਾਂ ਕਿਹਾ ਕਿ ਅੱਜ ਅਸੀਂ ਆਪਣੇ ਗਣਤੰਤਰ ਦੀ 75ਵੀਂ ਬਰੇਗੰਡ ਮੌਕੇ ਆਪਣੀਆਂ ਪ੍ਰਾਪਤੀਆਂ ਦਾ ਜਸ਼ਨ ਮਨਾ ਰਹੇ ਹਾਂ ਉਪਰਾਸ਼ਟਪਤੀ ਨੇ ਕਿਹਾ ਕਿ ਅਸੀਂ ਆਪਣੇ ਸੰਵਿਧਾਨ ਵਿੱਚ ਸਮਾਈਆਂ ਕਦਰਾਂ ਕੀਮਤਾਂ ਪ੍ਰਤੀ ਖੁਦ ਨੂੰ ਵਚਨਬੱਧ ਹੋਈਏ ਅਤੇ ਇੱਕ ਮਜ਼ਬੂਤ ਤੇ ਖੁਸ਼ਹਾਲ ਰਾਸ਼ਟਰ ਦੇ ਨਿਰਮਾਣ ਲਈ ਦ੍ਰਿੜ ਰਹੀਏ ਰਾਸ਼ਟਰਪਤੀ ਦ੍ਰਾਉਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿੱਚ 14ਵੇਂ ਕੌਮੀ ਵੋਟਰ ਦਿਵਸ ਮੌਕੇ ਸਰਵੋਤਮ ਚੋਣ ਅਭਿਆਸ ਪੁਰਸਕਾਰ ਪ੍ਰਦਾਨ ਕੀਤੇ ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਚੋਣ ਕਮਿਸ਼ਨ ਲੋਕਤੰਤਰ ਦੀ ਪਿੰਤਾ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਵਿੱਚ ਵੀ ਕਮਿਸ਼ਨ ਦਾ ਵੱਡਮੁੱਲਾ ਯੋਗਦਾਨ ਹੈ ਰਾਸ਼ਟਰਪਤੀ ਨੇ ਕਿਹਾ ਕਿ ਆਮ ਚੋਣਾਂ ਦੇ ਰੂਪ ਵਿੱਚ ਆਗਾਮੀ ਦਿਨਾਂ ਦੌਰਾਨ ਇੱਕ ਵੱਡੀ ਚੋਣ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਸਮੁੱਚੇ ਦੇਸ਼ ਵਿਚ 12 ਲੱਖ ਪੋਲਿੰਗ ਬੂਥ ਸਥਾਪਿਤ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ 96 ਕਰੋੜ ਤੋਂ ਵੱਧ ਵੋਟਰ ਚੋਣ ਕਮਿਸ਼ਨ ਦੀਆਂ ਵੋਟਰ ਸੂਚੀਆਂ ਵਿੱਚ ਦਰਜ ਨੇ ਅਤੇ ਚੋਣ ਕਮਿਸ਼ਨ ਇਹਨਾਂ ਵੋਟਰਾਂ ਨਾਲ ਲਗਾਤਾਰ ਸੰਪਰਕ ਨੂੰ ਯਕੀਨੀ ਬਣਾ ਰਿਹਾ ਹੈ ਸਾਡੇ ਲੋਕਤੰਤਰ ਕੀ ਗੌਰਵਸ਼ਾਲੀ ਯਾਤਰਾ ਮੇ ਨਿਰਵਾਚਨ ਆਯੋਗ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ ਆਪ ਤੱਕ ਨਿਰਵਾਚਨ ਆਯੋਗ ਦੁਆਰਾ 17 ਆਮ ਚੋਣਾਂ ਅਤੇ 400 ਤੋਂ ਅਧਿਕ विधानसभा चुनाव संपन्न कराए जा चुके हैं देश में छियानबे करोड़ से अधिक मतदाता है तथा तो आम चुनाव में लगभग बारह लाख मतदान केंद्र स्थापित किए जाएंगे इस वर्ष आम चुनाव को संपन्न कराने में लगभग डेढ़ करोड़ चुनावकर्मी अपने अपनी प्रदान करेंगे ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੌਮੀ ਵੋਟਰ ਦਿਵਸ ਮੌਕੇ ਨਮੋ ਨਵ મતਦਾਤਾ ਸੰਮੇਲਨ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਕੇਂਦਰ ਦੀ ਸਥਿਰ ਸਰਕਾਰ ਵੱਲੋਂ ਵੱਡੇ ਫੈਸਲੇ ਲਏ ਗਏ ਨੇ ਅਤੇ ਦਹਾਕਿਆਂ ਤੋਂ ਲਟਕਦੇ ਮੁੱਦਿਆਂ ਨੂੰ ਹੱਲ ਕੀਤਾ ਗਿਆ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਵਿੱਚ ਬਹੁਮਤ ਦੀ ਸਰਕਾਰ ਹੁੰਦੀ ਏ ਤਾਂ ਨੀਤੀਆਂ ਅਤੇ ਫੈਸਲਿਆਂ ਵਿੱਚ ਸਪਸ਼ਟਤਾ ਆਉਂਦੀ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਉਹ ਦੁਨੀਆ ਦੇ ਵੱਡੇ ਨੇਤਾਵਾਂ ਨੂੰ ਮਿਲਦੇ ਨੇ ਤਾਂ ਉਹ ਇਕੱਲੇ ਨਹੀਂ ਬਲਕਿ 140 ਕਰੋੜ ਭਾਰਤੀਆਂ ਦੇ ਰੂਪ ਵਿੱਚ ਮਿਲਦੇ ਨੇ। ਉਨਾ ਕਿਹਾ ਕਿ ਅੱਜ ਦਾ ਨੌਜਵਾਨ ਵੋਟਰ ਆਪਣੀ ਵੋਟ ਨਾਲ ਦੇਸ਼ ਦੀ ਦਿਸ਼ਾ ਅਤੇ ਪਹੁੰਚ ਤੈਅ ਕਰੇਗਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਇੱਕ ਨਾਮ ਵੋਟਰ ਸੂਚੀ ਵਿੱਚ ਦਰਜ ਹੋ ਜਾਂਦਾ ਹੈ ਤਾਂ ਉਹ ਜਮਹੂਰੀ ਪ੍ਰਕਿਰਿਆ ਦਾ ਮਹੱਤਵਪੂਰਨ ਹਿੱਸਾ ਬਣ ਜਾਂਦਾ ਹੈ ਵੋਟ ਦੇ ਅਧਿਕਾਰ ਨੂੰ ਇੱਕ ਵੱਡੀ ਤਾਕਤ ਦੱਸਦਿਆਂ ਪ੍ਰਧਾਨ ਮੰਤਰੀ ਨੇ ਨੌਜਵਾਨ ਵੋਟਰਾਂ ਨੂੰ ਵੱਧ ਚੜ ਕੇ ਲੋਕਤੰਤਰ ਦੇ ਭਾਗੀਦਾਰ ਬਣਨ ਦਾ ਸੱਦਾ ਦਿੱਤਾ 18 ਸੇ 25 ਸਾਲ ਦੀ ਉਮਰ ਐਸੀ ਹੁੰਦੀ ਹੈ जब किसी का भी जीवन बहुत से बदलावों का साक्षी बनता है मैं जानता हूं कि आपकी एज में किसी भी नई शुरुआत के लिए सबसे ज्यादा एक्साइटमेंट होता है लेकिन आपकी ये शुरुआत बहुत ही अलग है वोटर लिस्ट में नाम रजिस्टर होते ही अब आप देश के डेमोक्रेटिक प्रोसेस का सबसे महत्वपूर्ण हिस्सा बन गए हैं ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਵਿੱਚ 19000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਕਈ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਇਨ੍ਹਾਂ ਵਿੱਚ ਰੇਲ ਸੜਕ ਤੇਲ ਅਤੇ ਗੈਸ ਸ਼ਹਿਰੀ ਵਿਕਾਸ ਅਤੇ ਮਕਾਨ ਅਸਾਰੀ ਨਾਲ ਸੰਬੰਧਿਤ ਪ੍ਰੋਜੈਕਟ ਸ਼ਾਮਲ ਨੇ ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰencing ਰਾਹੀਂ ਦੋ ਮਾਲ ਗੱਡੀਆਂ ਨੂੰ ਹਰੀ ਚੰਡੀ ਦਿਖਾਈ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਕਦਮ ਚੁੱਕੇ ਜਾ ਰਹੇ ਨੇ ਇਸ ਟੀਚੇ ਨੂੰ ਹਾਸਲ ਕਰਨ ਲਈ ਉਹਨਾਂ ਨੇ ਤਰੱਕੀ ਦੀ ਰਫ਼ਤਾਰ ਹੋਰ ਵਧਾਉਣ ਦੀ ਅਪੀਲ ਕੀਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮ ਮੰਦਰ ਪ੍ਰਾਣ ਪ੍ਰティਸ਼ਟਾ ਤੋਂ ਬਾਅਦ ਰਾਸ਼ਟਰ ਪ੍ਰਤੀਸ਼ਠਾ ਨੂੰ ਨਵੀਆਂ ਉਚਾਈਆਂ ਦੇਣ ਦਾ ਸਮਾਂ ਹੈ पश्चिमी यूपी को विकास के लिए उन्नीस हजार करोड़ रुपए से अधिक के प्रोजेक्ट भी मिले हैं ये प्रोजेक्ट रेल लाइन हाईवे पेट्रोलियम पाइपलाइन पानी सिवेज मेडिकल कॉलेज और औद्योगिक शहर से जुड़े हुए हैं आज यमुना और रामगंगा की स्वच्छता से जुड़े प्रोजेक्ट का भी लोकार्पण हुआ है ਮੈਂ ਬੁਲੰਦ ਸ਼ਹਿਰ ਸਹੀਦ ਨਵੀਂ ਦਿੱਲੀ ਦੇ ਕਰਤੱਵ ਪਥ ਤੇ ਭਲਕੇ ਹੋਣ ਵਾਲੇ ਗਣਤੰਤਰ ਦਿਵਸ ਜਸ਼ਨਾਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਫਰਾਂਸ ਦੇ ਰਾਸ਼ਟਰਪਤੀ ਇਮੈਨਿਊਲ ਮੈਕਰੋਂ ਜੈਪੁਰ ਪਹੁੰਚੇ ਰਾਜਸਥਾਨ ਦੇ ਰਾਜਪਾਲ ਕਲਰਾਜ ਮੇਸ਼ਰ ਮੁੱਖ ਮੰਤਰੀ ਭਜਨ ਲਾਲ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਉਹਨਾਂ ਦਾ ਸਵਾਗਤ ਕੀਤਾ ਇਸ ਦੌਰਾਨ ਸ਼ਾਮਵੇਲੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੈਪੁਰ ਵਿੱਚ ਕਈ ਇਤਿਹਾਸਕ ਸਥਾਨਾਂ ਦਾ ਦੌਰਾ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਫ੍ਰਾਂਸੀਸੀ ਰਾਸ਼ਟਰਪਤੀ ਨੂੰ ਰਾਜਸਥਾਨ ਨਾਲ ਜੁੜੇ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਰਾਮ ਮੰਦਰ ਅਭਿਸ਼ੇਕ ਤੋਂ ਬਾਅਦ ਅਯੁੱਧਿਆ ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਸੈਰ-ਸਪਾਟਾ ਕੇਂਦਰ ਬਣਨ ਜਾ ਰਿਹਾ ਹੈ ਅਮਰੀਕੀ ਕੰਪਨੀ ਜੈਫਰੇਜ਼ ਇਕਵਿਟੀ ਰਿਸਰਚ ਵੱਲੋਂ ਜਾਰੀ ਰਿਪੋਰਟ ਮੁਤਾਬਕ ਅਯੁੱਧਿਆ ਵਿੱਚ ਸੈਲਾਨੀਆਂ ਦੀ ਗਿਣਤੀ ਵਧਣ ਨਾਲ ਦੇਸ਼ ਦੀ ਜੀਡੀਪੀ ਵਿੱਚ ਵੀ ਵਾਧਾ ਹੋਵੇਗਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਲਈ 850 ਅਰਬ ਰੁਪਏ ਖਰਚੇ ਜਾ ਰਹੇ ਨੇ ਤਕਰੀਬਨ 2.5 ਅਰਬ ਰੁਪਏ ਦੇ ਨਿਵੇਸ਼ ਨਾਲ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਇੱਕ ਅੰਦਾਜ਼ੇ ਮੁਤਾਬਕ ਹਰ ਬਰੇ 5 ਤੋਂ 10 ਉੜ ਤੀਰਥ ਯਾਤਰੀ શ્રી ਰਾਮ ਲੱਲਾ ਦੇ ਦਰਸ਼ਨ ਕਰਨ ਲਈ ਅਯੁੱਧਿਆ ਆਉਣਗੇ ਭਾਰਤੀ ਸਟੇਟ ਬੈਂਕ ਦੇ ਆਰਥਿਕ ਸੋਧ ਵਿਭਾਗ ਨੇ ਆਪਣੀ ਰਿਸਰਚ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਦੇਸ਼ ਦੀ ਆਰਥਿਕ ਆਮਦਨ ਅਸਮਾਨਤਾ ਵਿੱਚ ਕਮੀ ਆਈਏ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਅਸਮਾਨਤਾ ਵਿੱਚ ਕਮੀ ਇਸ ਲਈ ਆਇਆ ਆ ਰਹੀਏ ਕਿਉਂਕਿ ਪਾਇਦਾਨ ਦੇ ਹੇਠਲੇ ਪੱਧਰ ਵਾਲੇ ਲੋਕ ਹੁਣ ਉੱਪਰ ਉੱਠ ਰਹੇ ਨੇ ਆਮਦਨ ਅਸਮਾਨਤਾ ਨੂੰ ਮਾਪਣ ਦੇ ਲਈ ਇਸਤੇਮਾਲ ਕੀਤੀ ਜਾਣ ਵਾਲੀ ਗਿਨੀ ਗੁਣਾਕ ਦੇ ਮੁਤਾਬਕ ਲੋਕਾਂ ਦੀ ਆਮਦਨ ਅਸਮਾਨਤਾ ਵਿੱਚ ਕਮੀ ਵਿੱਤੀ ਸਾਲ 2014-15 ਤੋਂ 2022-23 ਦੇ ਦੌਰਾਨ 0.472 ਤੋਂ ਘਟ ਕੇ 0.402 ਤੇ ਆ ਗਈ ਹੈ ਪੇਸ਼ੇ ਇੱਕ ਰਿਪੋਰਟ ਭਾਰਤੀ ਸਟੇਟ ਬੈਂਕ ਦੇ ਆਰਥਿਕ ਸੋਧ ਵਿਭਾਗ ਦੀ ਰਿਪੋਰਟ ਮੁਤਾਬਕ ਲੋਕਾਂ ਦੀ ਆਮਦਨ ਵਧਣ ਅਤੇ ਭਾਰਤੀ ਮੱਧ ਵਰਗ ਦੀ ਸਥਿਤੀ ਮਜ਼ਬੂਤ ਹੋਣ ਕਾਰਨ ਲੋਕਾਂ ਦੀ ਆਮਦਨ ਅਸਮਾਨਤਾ ਵਿੱਚ ਕਮੀ ਆਈ ਹੈ। SBI ਦੀ ਖੋਜ ਰਿਪੋਰਟ ਵਿੱਚ ਮਹਿਲਾ ਕਿਰਤ ਸ਼ਕਤੀ ਦੀ ਵਧਦੀ ਭਾਗੀਦਾਰੀ, ਐਮਐਸ ਐਹਮੀ ਦੇ ਆਂਦਰ ਪੱਧਰ ਵਿੱਚ ਸਪਸ਼ਟ ਵਾਧਾ ਅਤੇ ਕੋਵਿਡ ਮਹਾਮਾਰੀ ਦੇ ਬਾਅਦ ਬਦਲਦੇ ਖਪਤ ਰੁਝਾਨ ਨੂੰ ਵੀ ਦਿਖਾਇਆ ਗਿਆ ਹੈ। ਭਾਰਤੀ ਸਟੇਟ ਬੈਂਕ ਗਰੁੱਪ ਦੇ ਮੁੱਖ ਆਰਥਿਕ ਸਲਾਹਕਾਰ ਸੋਮਿਆ ਕਾਂਤੀ ਕੋਸ਼ ਨੇ ਕਿਹਾ ਹੈ ਕਿ ਵਸੂਲੀ ਦੇ ਆਕਾਰ ਜਾਂ ਵਧਦੀ ਅਸਮਾਨਤਾ ਦੀਆਂ ਦਲੀਲਾਂ ਭਾਰਤੀ ਸੰਦਰਭ ਵਿੱਚ ਇਤਿਹਾਸ ਬਣੇ ਹੋਏ ਨੇ। ਇੱਕ ਰਿਪੋਰਟ ਵਿੱਚ ਕਈ ਖੋਜਾਂ ਦੇ ਆਧਾਰ 'ਤੇ ਇਸ ਨੂੰ ਵਿਸਥਾਰ ਨਾਲ ਸਮਝਾਇਆ ਗਿਆ ਹੈ। ਵਿਅਕਤੀਆਂ ਦੇ ਟੈਕਸ ਯੋਗ ਆਮਦਨ ਤੋਂ ਆਈਟੀਆਰ ਡਾਟਾ ਦੀ ਵਰਤੋਂ ਕਰਕੇ ਗਿਣੀ ਨੂੰ एफिशिएंट پیمਾਨੇ ਨਾਲ ਪਤਾ ਚਲਦਾ ਹੈ ਕਿ ਭਾਰਤੀ ਟੈਕਸ ਦਾ ਤਾਵਾ ਦੀ ਆਸਤ ਆਮਦਨ ਵਿੱਤੀ ਸਾਲ 2014 ਵਿੱਚ 4.6 ਲੱਖ ਰੁਪਏ ਤੋਂ ਵੱਧ ਕੇ ਵਿੱਤੀ ਸਾਲ 2022 ਵਿੱਚ 13 ਲੱਖ ਰੁਪਏ ਹੋ ਗਈ ਹੈ ਜੋ ਦਰਸਾਉਂਦੀ ਹੈ ਕਿ ਸਮੁੱਚੇ ਤੌਰ ਤੇ ਸਮਾਜ ਦੀ ਆਮਦਨ ਵਧੀ ਹੈ ਵਿੱਤੀ ਸਾਲ 2014 ਵਿੱਚ 3.5 ਲੱਖ ਰੁਪਏ ਤੋਂ ਘੱਟ ਆਮਦਨ ਸਮੂਹ ਨਾਲ ਸੰਬੰਧਿਤ ਵਿਅਕਤੀਗਤ ਆਈਟੀਆਰ ਰਿਟਰਨ ਦਾਖਲ ਕਰਨ ਵਾਲਿਆਂ ਵਿੱਚੋਂ 36.3% ਨੇ ਇਸ ਸਮੂਹ ਨੂੰ ਛੱਡ ਦਿੱਤਾ ਹੈ ਤੇ ਉੱਪਰ ਦੇ ਵੱਲ ਨੂੰ ਸ਼ਿਫਟ ਹੋ ਗਏ ਨੇ 3 ਇਹ 5 ਲੱਖ ਰੁਪਏ ਤੋਂ ਘੱਟ ਆਮਦਨੀ ਵਾਲੇ ਲੋਕਾਂ ਵਿੱਚ ਆਮਦਨ ਅਸਮਾਨਤਾ ਵਿੱਤੀ ਸਾਲ 2014 ਵਿੱਚ ਘਟ ਕੇ 21.8% ਤੋਂ ਵਿੱਤੀ ਸਾਲ 2021 ਵਿੱਚ 15.8% ਹੋ ਗਈ ਹੈ। ਸਧਾਰਨ ਸ਼ਬਦਾਂ ਵਿੱਚ ਇਸ ਦਾ ਮਤਲਬ ਇਹ ਹੈ ਕਿ ਇਸ 7 ਸਾਲਾਂ ਦੀ ਮਿਆਦ ਦੌਰਾਨ ਆਬਾਦੀ ਦੀ ਤੁਲਨਾ ਵਿੱਚ ਕੁੱਲ ਆਮਦਨ ਵਿੱਚ ਇਸ ਆਮਦਨ ਸਮੂਹ ਦੀ ਹਿੱਸੇਦਾਰੀ 16% ਵਧੀ ਹੈ। 10 ਕਰੋੜ ਰੁਪਏ ਤੱਕ ਦੀ ਕੁੱਲ ਆਮਦਨ ਵਾਲੀਆਂ ਲਗਭਗ 20% ਸਰਗਰਮ ਫਰਮਾਂ ਨੇ ਆਪਣੀ ਆਮਦਨ ਵਿੱਚ ਵਾਅਦਾ ਕੀਤਾ ਹੈ ਬਿਊਰੋ ਰਿਪੋਰਟ ਦੂਰਦਰਸ਼ਨ ਸਮਾਚਾਰ ਜਲੰਧਰ ਕੌਮੀ ਵੋਟਰ ਦਿਵਸ ਮੌਕੇ ਜਲੰਧਰ ਦੇ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਨੌਜਵਾਨਾਂ ਨੂੰ ਲੋਕਤੰਤਰੀ ਪ੍ਰਣਾਲੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਜ਼ਿਲ੍ਹਾ ਚੋਣ ਅਧਿਕਾਰੀ ਨੇ ਜਲੰਧਰ ਵਿੱਚ 10,000 ਤੋਂ ਵੱਧ ਬਣੇ ਨਵੇਂ ਵੋਟਰਾਂ ਨੂੰ ਜਮਹੂਰੀ ਪ੍ਰਕਿਰਿਆ ਦਾ ਹਿੱਸਾ ਬਣਨ ਤੇ ਵਧਾਈ ਦਿੱਤੀ ਸਾਡੀ ਇਸ ਆਉਣ ਵਾਲੇ ਇਲੈਕਸ਼ਨ 'ਚ ਜੇ ਜੇ ਤੁਸੀਂ VOTING ਕਰੋਗੇ ਉਸ ਦੇ ਨਾਲ ਸਾਡੀ ਡੈਮੋਕ੍ਰੇਸੀ ਹੋਰ ਸਟ੍ਰੈਂਥਨ ਹੁੰਦੀ ਹੈ ਮੈਂ ਅਸਰ ਕਰਦਾ ਹਾਂ ਕਿ ਤੁਸੀਂ ਆਪ ਵੀ ਆਉਣ ਵਾਲੇ ਇਲੈਕਸ਼ਨਾਂ 'ਤੇ ਵੋਟ ਕਰੋਗੇ ਤੇ ਆਪਣੇ ਦੋਸਤਾਂ ਮਿੱਤਰਾਂ ਭਰਾਵਾਂ ਪੈਨਾ ਐਂਡ ਆਪਣੇ ਆਨ ਗਵਾਂਟ ਦੇ ਜਿਹੜੇ ਵੀ ਐਲੀਜੀਬਲ ਵੋਟਰਸ ਹੈ ਉਹਨਾਂ ਨੂੰ ਵੀ ਪ੍ਰੇਰਿਤ ਕਰੋਗੇ ਕਿ ਉਹ ਇਸ ਵਾਰੀ ਵੋਟ ਕਰਨ ਧੰਨਵਾਦ ਇਸੇ ਦੌਰਾਨ ਜਲੰਧਰ ਦੇ ਬਸਤੀ 바ਵਾ ਖੇਲ ਵਿੱਚ ਸੰਤ ਕਬੀਰ ਪਬਲਿਕ ਸਕੂਲ ਵਿਖੇ ਕੌਮੀ ਵੋਟਰ ਦਿਵਸ ਮਨਾਇਆ ਗਿਆ ਇਸ ਮੌਕੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਬੱਚਿਆਂ ਨੂੰ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਲੋਕਤੰਤਰ ਦੇ ਭਾਗੀਦਾਰ ਬਣਨ ਦਾ ਪ੍ਰੇਰਣਾ ਦਿਵਾਇਆ ਗਿਆ ਹਤੇ ਸਤੰਤਰ ਨਿਰਪੱਖ ਅਤੇ ਸ਼ਾਂਤਿਮਈ ਚੋਰਾ ਦੇ ਸ਼ਾਂਤਿਮਈ ਚੋਰਾ ਦੇ ਮਾਲ ਨੂੰ ਬਚਾ ਰੱਖਦੇ ਹੋਏ ਬਚਾ ਰੱਖੇ ਹੋਏ ਨਿਡਰ ਹੋ ਕੇ ਜਲੰਧ ਸਥਿਤ ਡਾਕਟਰ ਬੀ ਆਰ ਅੰਬੇਦਕਰ ਕੌਮੀ ਤਕਨੀਕੀ ਸੰਸਥਾਨ ਵਿਖੇ 14ਵਾਂ ਕੌਮੀ ਵੋਟਰ ਦਿਵਸ ਮਨਾਇਆ ਗਿਆ। ਸੰਸਥਾ ਦੇ ਲਗਭਗ 250 ਵਿਦਿਆਰਥੀਆਂ, ਕਰਮਚਾਰੀਆਂ ਅਤੇ ਅਧਿਆਪਕਾਂ ਨੇ ਲੋਕਤੰਤਰੀ ਰਵਾਇਤਾਂ, ਨਿਰਪੱਖਤਾ ਅਤੇ ਸ਼ਾਂਤੀਪੂਰਨ ਚੋਣ ਮਰਿਆਦਾ ਨੂੰ ਬਰਕਰਾਰ ਰੱਖਣ ਦੀ ਸਹੁੰ ਚੁੱਕੀ। ਐਨ ਆਈ ٹی ਦੇ ਡਾਇਰੈਕਟਰ ਪ੍ਰੋਫੈਸਰ ਬੀ ਕੇ ਕਨੋਜੀਆਂ ਨੇ ਸਾਰਿਆਂ ਨੂੰ ਲੋਕਤੰਤਰ ਦੀ ਸੱਚੀ ਭਾਵਨਾ ਨੂੰ ਹਾਸਲ ਕਰਨ ਲਈ ਚੋਣ ਪ੍ਰਕਿਰਿਆ ਵਿੱਚ ਵੱਧ ਚੜਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਕੇਂਦਰੀ ਸਿੱਖਿਆ ਮੰਤਰਾਲੇ ਦੀ ਪਹਿਲ ਕਦਮੀ ਇੱਕ ਭਾਰਤ ਸ੍ਰੇਸ਼ਟ ਭਾਰਤ ਤਹਿਤ ਚਲਾਏ ਜਾ ਰਹੇ ਪ੍ਰੋਗਰਾਮ ਯੁਵਾ ਸੰਗਮ ਤਹਿਤ ਪੰਜਾਬ ਦੇ ਵਿਦਿਆਰਥੀਆਂ ਵੱਲੋਂ ਝਾਰਖੰਡ ਦਾ ਦੌਰਾ ਕੀਤਾ ਜਾਵੇਗਾ ਅਤੇ ਝਾਰਖੰਡ ਦੇ ਵਿਦਿਆਰਥੀ ਪੰਜਾਬ ਦਾ ਦੌਰਾ ਕਰਨਗੇ ਯੁਵਾ ਸੰਗਮ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਦੇ ਆਦਾਨ ਪ੍ਰਦਾਨ ਨੂੰ ਲੈ ਕੇ ਦੋ ਸੂਬਿਆਂ ਦਾ ਇੱਕ ਜੋੜਾ ਬਣਾਇਆ ਜਾਂਦਾ ਹੈ ਝਾਰਖੰਡ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਮੇਜ਼ਬਾਨੀ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ ਕੀਤੀ ਜਾਵੇਗੀ ਜਦਕਿ ਪੰਜਾਬ ਤੋਂ ਝਾਰਖੰਡ ਜਾਣ ਵਾਲੇ ਵਿਦਿਆਰਥੀਆਂ ਦੀ ਮੇਜ਼ਬਾਨੀ ਆਈਆਈਐਮ ਰਾਂਚੀ ਕਰੇਗਾ ਯੂਨੀਵਰਸਿਟੀ ਦੇ ਉਪ ਕੁਲਪਤੀ ਰਾਗਵਿੰਦਰ ਪ੍ਰਸਾਦ ਤਿਵਾੜੀ ਨੇ ਦੱਸਿਆ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਯੋਵਾ ਸੰਗਮ ਦੀ ਨੋਡਲ ਸੰਸਥਾ ਬਣਨ ਦਾ ਮੌਕਾ ਦੂਜੀ ਵਾਰ ਹਾਸਲ ਹੋਇਆ ਹੈ ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਰਾਹੀਂ ਕਿਸੇ ਵੀ ਵਿਦਿਅਕ ਅਦਾਰੇ ਵਿੱਚ ਸਿੱਖਿਆ ਹਾਸਲ ਕਰਨ ਵਾਲੇ ਵਿਅਕਤੀ ਆਨਲਾਈਨ ਮਾਧਿਅਮ ਰਾਹੀਂ ਅਪਲਾਈ ਕਰ ਸਕਦੇ ਨੇ ਭਾਰਤ ਸਰਕਾਰ ਨੇ ਪਿਛਲੇ ਕੁਝ ਸਾਲਾਂ ਤੋਂ ਇੱਕ ਭਾਰਤ ਸੇਸ਼ਤ ਭਾਰਤ ਦਾ ਪ੍ਰੋਗਰਾਮ ਚਲਾਇਆ ਹੋਇਆ ਹੈ ਅਤੇ ਇਸ ਪ੍ਰੋਗਰਾਮ ਦੇ ਅੰਦਰ भारतवर्ष में जितने प्रांत हैं उनकी पेयरिंग की जाती है और उन प्रांतों में नोडल यूनिवर्सिटी सेलेक्ट की जाती है और फिर एक प्रांत उन जो पेयरिंग जिन स्टेट्स की होती है वहाँ के विद्यार्थी एक्सचेंज प्रोग्राम में एक दूसरे स्टेट्स को जाते हैं वहाँ का कल्चरल हिस्टोरिकल एजुकेशनल चीज़ें देखते हैं उनसे परिचित होते हैं वहाँ के कल्चर को जानते हैं आ, ਇੱਕ ਦੂਸਰੇ ਸੇ ਵਹਾਂ ਕੀ ਕਮਿਊਨਿਟੀ ਕੇਂਦਰ ਸਰਕਾਰ ਵੱਲੋਂ ਲੋਕ ਭਲਾਈ ਯੋਜਨਾਵਾਂ ਦੀ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਚਲਾਈ ਜਾ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਸਮੁੱਚੇ ਪੰਜਾਬ ਵਿੱਚ ਭਰਮਾ ਹੁੰਗਾਰਾ ਮਿਲ ਰਿਹਾ ਹੈ ਇਸੇ ਸਿਲਸਿਲੇ ਤਹਿਤ ਮੁਕਸਰ ਜ਼ਿਲ੍ਹੇ ਦੇ ਤਕਰੀਬਨ 60 ਪਿੰਡਾਂ ਨੂੰ ਕਵਰ ਕੀਤਾ ਗਿਆ ਹੈ ਜ਼ਿਲ੍ਹੇ ਦੇ ਕਈ ਯੋਗ ਲਾਭਪਾਤਰੀਆਂ ਨੂੰ ਯੋਜਨਾਵਾਂ ਦਾ ਲਾਹਾ ਦਿਵਾਉਣ ਲਈ ਰਜਿਸਟ੍ਰੇਸ਼ਨਾਂ ਕੀਤੀਆਂ ਗਈਆਂ ਨੇ ਅਤੇ ਆਮ ਲੋਕਾਂ ਨੂੰ ਵੱਖ-ਵੱਖ ਯੋਜਨਾਵਾਂ ਬਾਰੇ ਪ੍ਰਦਰਸ਼ਨੀਆਂ ਅਤੇ ਜਾਗਰੂਕਤਾ ਵੈਨਾਂ ਰਾਹੀਂ ਜਾਣਕਾਰੀ ਦਿੱਤੀ ਗਈ ਏ ਮੁਕਸਰ ਜ਼ਿਲ੍ਹੇ ਦੇ ਪਿੰਡ ਕੋਟਲੀ ਆ블ੂ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਤਹਿਤ ਮਿਲ ਰਹੇ ਲਾਭ ਬਾਰੇ ਦੱਸਿਆ ਅਤੇ ਪ੍ਰਧਾਨ ਮੰਤਰੀ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਇਸ ਤੋਂ ਇਲਾਵਾ ਹੋਰਨਾਂ ਯੋਜਨਾਵਾਂ ਦੇ ਲਾਭਪਾਤਰੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਜਿਹੜਾ ਜ਼ਾਹਿਰ ਕੀਤਾ ਪ੍ਰਧਾਨ ਮੰਤਰੀ ਯੋਜਨਾ ਤੈਸੇ ਆਇਆ ਉਹਨਾਂ ਤੋਂ ਬਹੁਤ ਲਾਭ ਹੋਇਆ ਬਹੁਤ ਧੰਨਵਾਦ ਕਰਦੇ ਹਾਂ ਕੰਟਜਾਤਰਾ ਆਈ ਸੀਗੀ ਉਹਦੇ ਚ ਲੋਕਾਂ ਨੂੰ ਬਹੁਤ ਸਕੀਮਾਂ ਦਾ ਲਾਭ ਹੋਇਆ ਮੈਨੂੰ ਰੁਕੇ ਪਏ 6000 ਰੁਪਏ ਸੀ ਮੇਰਾ ਰੁਕ ਗਿਆ ਸੀ ਜਿਹੜਾ ਮੈਨੂੰ ਦੋ ਕਿਸ਼ਤਾਂ ਚ ਮੈਨੂੰ ਮਿਲ ਚੁੱਕਿਆ ਮੈਨੂੰ ਬਹੁਤ ਵਧੀਆ ਲਾਭ ਹੋਇਆ ਜੀ ਅੱਜ ਲੋਕਾਂ ਨੂੰ ਇਸ ਸਕੀਮਾਂ ਦਾ ਬਹੁਤ ਫਾਇਦਾ ਹੋਇਆ ਅੱਜ ਪਿੰਡ ਚ ਬੈ ਕੇ ਪੈਨਸ਼ਨਾਂ ਦਾ ਕੀ ਆਧਾਰ ਕਾਰਡ ਸਾਬ ਜੋੜਨ ਦੇ ਖਾਤੇ ਖੁੱਲੇ ਆ ਸਿਲੰਡਰਾਂ ਵਾਲਾ ਬਹੁਤ ਵਧੀਆ ਯਾਤਰਾ ਜੀ ਬਹੁਤ ਵਧੀਆ ਲੋਕਾਂ ਨੂੰ ਫਾਇਦਾ ਹੋਇਆ ਇੰਡੋ ਤੇਪਤੀ ਬਾਰਡਰ ਪੁਲਿਸ ਦੀ 30ਵੀਂ ਬਟਾਲੀਅਨ ਵੱਲੋਂ ਜਲੰਧਰ ਦੇ ਸਰਾਏ ਖਾਸ ਵਿੱਚ ਹਿੰਮਵੀਰ ਵਾਈਫਸ ਵੈਲਫੇਅਰ ਐਸੋਸੀਏਸ਼ਨ ਦਾ 31ਵਾਂ ਸਥਾਪਨਾ ਦਿਵਸ ਭਰਪੂਰ ਉਤਸ਼ਾਹ ਨਾਲ ਮਨਾਇਆ ਗਿਆ ਐਸੋਸੀਏਸ਼ਨ ਦੇ ਮੁਖ ਸਰਪ੍ਰਸਤ ਪ੍ਰੀਤੀ ਸੋਮਨ ਨੇ ਸ਼ਮਾ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਪ੍ਰੋਗਰਾਮ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਵਕਫ ਵਕ ਲੋਕ ਨਾਚਾਂ ਨੂੰ ਸ਼ਾਮਲ ਕੀਤਾ ਗਿਆ ਮੁਖ ਸਰਪ੍ਰਸਤ ਨੇ ਐਸੋਸੀਏਸ਼ਨ ਦੀ ਟੇਲਰ ਸ਼ਾਪ ਦਾ ਉਦਘਾਟਨ ਕੀਤਾ ਉਹਨਾਂ ਹਿੰਮਵੀਰ ਵਾਈਫਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਚਲਾਇ ਜਾ ਰਹੀਆਂ ਵਕਫਾ ਖ ਯੋਜਨਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਕੇਂਦਰੀ ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਅਨਰਾਗ ਠਾਕੁਰ ਨੇ ਗਣਤੰਤਰ ਦਿਵਸ ਜਸ਼ਨਾਂ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨ ਵਾਲੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਉਨ੍ਹਾਂ ਖਿਡਾਰੀਆਂ ਨਾਲ ਵਕਫਾ ਖ ਪਹਿਲਵਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਖੇਡ ਮੰਤਰੀ ਨੇ ਭਰੋਸਾ ਦਿਵਾਇਆ ਕਿ ਸਰਕਾਰ ਦੇਸ਼ ਵਿੱਚ ਖੇਡਾਂ ਦੇ ਮਾਹੌਲ ਨੂੰ ਹੱਲਾਸ਼ੇਰੀ ਦੇਣ ਲਈ ਵਚਨਬੱਧ ਹੈ ਗੱਲਬਾਤ ਦੌਰਾਨ ਖੇਡ ਮੰਤਰੀ ਨੇ ਦੇਸ਼ ਦਾ ਨਾਂ ਚਮਕਾਉਣ ਲਈ ਖਿਡਾਰੀਆਂ ਦਾ ਧੰਨਵਾਦ ਕੀਤਾ ਭਾਰਤ ਦੇ ਸਟਾਰ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਮੈਥਿਊ ਐਬਡਨ ਦੀ ਜੋੜੀ ਆਸਟ੍ਰੇਲੀਆਈ ਓਪਨ ਵਿੱਚ ਪੁਰਸ਼ਾਂ ਦੇ ਡਬਲਸ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਪਹੁੰਚ ਗਈ ਹੈ ਮੈਲਬੌਰਨ ਵਿੱਚ ਅੱਜ ਖੇਡੇ ਗਏ ਸੈਮੀਫਾਈਨਲ ਮੁਕਾਬਲੇ ਵਿੱਚ ਬੋਪੰਨਾ ਅਤੇ ਐਬਡਨ ਦੀ ਜੋੜੀ ਨੇ ਟਾਮਸ ਮਚਾਕ ਅਤੇ ਜਿਜ਼ੇਨ ਯਾਂਗ ਦੀ ਜੋੜੀ ਨੂੰ 6-3, 3-6 ਅਤੇ 7-6 ਦੇ ਫਰਕ ਨਾਲ ਹਰਾਇਆ ਫਾਈਨਲ ਵਿੱਚ ਇਸ ਜੋੜੀ ਦਾ ਮੁਕਾਬਲਾ ਐਂਟਿਆ ਵਾਬਾਸੋਰੀ ਅਤੇ ਸੀਮੌਨ ਵੋਲੇਲੀ ਦੀ ਜੋੜੀ ਨਾਲ 27 ਜਨਵਰੀ ਨੂੰ ਹੋਵੇਗਾ ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ